ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ? ਉਮੀਦ ਕਰਦਾ ਸਾਰੇ ਜਣੇ ਠੀਕ ਹੋਵੇ। ਸੋ ਸਵਾਗਤ ਹੈ ਨਵੇਂ ਵਲੋਗ 'ਚ। ਅਤੇ ਵਲੋਗ ਲਗਭਗ ਰਾਤ ਦੇ 1:30 ਵਜੇ ਸ਼ੁਰੂ ਕੀਤਾ ਆ। ਪਿਛਲਾ ਵਲੋਗ ਐਂਡ ਕਰਤਾ ਸੀ, ਐਡਿਟ ਕਰਕੇ ਅਪਲੋਡ ਕਰਤਾ, ਅਤੇ ਇਹ ਵਲੋਗ ਸ਼ੁਰੂ ਕਰ ਲਿਆ ਆਪਾਂ, ਠੀਕ ਹੈ। ਅਤੇ ਇਹਦੇ 'ਚ ਤੁਸੀਂ ਚੈੱਕ ਕਰੋ, ਇਹ ਆਪਣੇ ਵੀਰ ਪਰਬਤ ਵਾਲਾ ਟਰੈਕਟਰ ਆ, ਠੀਕ ਹੈ। ਅਤੇ ਇਹ ਆਪਾਂ ਲਾਇਆ ਜੀ ਸ਼ੈੱਡ ਦੇ ਥੱਲੇ, ਕਿਉਂਕਿ ਮੀਂਹ ਆ ਗਿਆ। ਮੁੰਡੇ ਚੱਲ ਗਏ ਸੀਗੇ, ਕਹਿੰਦੇ ਯਾਰ ਐਨਰਜੀ ਡਾਊਨ ਹੁੰਦੀ ਆ, ਰੈੱਡ ਬੁੱਲ ਵਗੈਰਾ ਲੈਣ ਚੱਲ ਗਏ। ਅਤੇ ਉਹ ਆਪਣੇ ਸ਼ਹਿਰ ਤੋਂ ਬਾਹਰ ਮਿਲਦੀ ਆ, ਆਊਟਲੈਟ ਹੈ ਜੱਗੀ ਸਿਟੀ ਸੈਂਟਰ, ਉੱਥੋਂ ਉੱਥੇ ਇਸ ਟਾਈਮ ਸਾਰਾ ਕੁਝ ਖੁੱਲ੍ਹਾ ਹੁੰਦਾ, ਬਾਕੀ ਤਾਂ ਸਾਰੇ ਕਿਤੇ ਬੰਦ ਆ। ਅਤੇ ਆਪਾਂ ਫਿਰ ਇਹਨੂੰ ਇੱਥੇ ਥੱਲੇ ਲਾ ਦਿੱਤਾ, ਠੀਕ ਹੈ। ਆਪਾਂ ਇਹਦੇ ਉੱਪਰ ਕੋਈ ਵਰਕ ਨਹੀਂ ਸੀ ਕੀਤਾ ਉਦੋਂ ਦਾ, ਇਹਦੇ ਜਿਹੜੇ ਫਰੇਮ ਸੀ ਉਹਨਾਂ 'ਤੇ ਸਾਰਾ ਵਰਕ ਕਰ ਲਿਆ ਸੀਗਾ। ਸਾਡਾ ਪਲੈਨ ਇਹ ਸੀ ਵੀ ਇੱਕ ਵਾਰੀ ਅੰਦਰ ਦਾ ਸਾਰਾ ਕੰਮ ਨਿਬੇੜ ਲੈਂਦੇ ਹਾਂ, ਫਿਰ ਇੱਥੇ ਲੱਗਾਂਗੇ। ਕੰਪਲੀਟ ਕਰਕੇ ਜਿੰਨੇ ਵਜੇ ਵੀ ਇਹ ਕੰਪਲੀਟ ਹੋ ਜਾਂਦਾ ਆ, ਇਹਨੂੰ ਪੈਕ ਕਰਕੇ ਚੰਗੀ ਤਰੀਕੇ ਨਾਲ ਛਤਰੀ ਰੱਖ ਕੇ ਫਿਰ ਘਰ ਚੱਲ ਜਾਵਾਂਗੇ ਇਹਨੂੰ ਲਾ ਕੇ। ਅਤੇ ਮੈਨੂੰ ਲੱਗਦਾ ਹੁਣ ਰਾਤ ਤਾਂ ਇੱਥੇ ਹੀ ਲੱਗ ਜਾਣੀ, ਆਪਣੀ ਦਿਨ ਇੱਥੇ ਹੀ ਚੜੂਗਾ। ਸਵੇਰੇ ਤਿਆਰ ਕਰਕੇ ਅਤੇ ਮੁੰਡਿਆਂ ਨੂੰ ਸਿਰਫ ਟਰੈਕਟਰ ਦੇ ਕੇ ਆਪਾਂ ਸ਼ੋਪ ਦਾ ਕਰ ਦਾਂਗੇ ਔਫ, ਠੀਕ ਹੈ। ਸਵੇਰੇ ਦੀ ਛੁੱਟੀ ਮਾਰਨਗੇ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਰਹੀ ਗੱਲ ਪਰਸੋਂ, ਪਰਸੋਂ ਵੀ ਕੋਈ ਕੰਮ ਨਹੀਂ ਕਰਨਾ, ਪਰਸੋਂ ਆਪਣਾ ਟਰੈਕਟਰ ਆਪਾਂ ਸੂਤ ਕਰਨਾ ਹੈ ਸਰ ਘਰ ਤੇ। ਮੀਂਹ ਆ ਗਿਆ ਬੰਦਾ ਸਾਡਾ, ਭੱਜੋ ਭੱਜੀ ਜਾ ਹੁਣ ਚੱਲ। ਆਰਾਮ ਨਾਲ ਕੋਈ ਨਹੀਂ, ਇੰਨੀ ਤੇਜ਼ ਨਹੀਂ ਆਉਂਦੀ ਹਲੇ, ਆਰਾਮ ਨਾਲ ਕਰ ਲਾ। ਇਹਦੀ ਚਾਬੀ ਲਿਆਉਂਦੇ ਹਾਂ, ਇਹਨੂੰ ਥੱਲੇ ਕਰ ਦਿੰਦੇ ਹਾਂ ਉੱਥੇ, ਤਾਂ ਕਿ ਮੀਂਹ ਤੋਂ ਬਚਤ ਰਹੂਗੀ, ਗਿੱਲੇ ਹੋਣ ਤੋਂ। ਇਹ ਵੀ ਨਹੀਂ ਪਤਾ 5 ਮਿੰਟ ਹੀ ਬਾਨੇ ਬੂੰਦਾਂ ਜੀਆਂ ਪਾਉਣੀਆਂ, ਫਿਰ ਬਹਿ ਜਾਣਾ ਟਿੱਕ ਕੇ। ਅਤੇ ਬੱਲਾ ਬੱਲਾ ਚੈੱਕ ਕਰੋ ਕੀ ਹਾਲਾਤ ਬਣੇ ਪਏ ਆ ਇਸ ਟਾਈਮ। ਮੈਂ ਪਹੁੰਚਿਆ ਸੀਗਾ ਸ਼ੋਪ 'ਤੇ, ਠੀਕ ਹੈ। ਅਤੇ ਮੁੰਡਿਆਂ ਨੇ ਟਰੈਕਟਰ ਡਨ ਕਰਤਾ, ਮਤਲਬ ਫਰੇਮ ਡਨ ਕਰਤੇ, ਸਾਰੇ ਟੰਗਣੇ ਆ ਬਸ ਹੁਣ। ਅਤੇ ਆਹ ਆਪਾਂ ਇੱਕ ਕੱਲ ਪੁਰਜਾ ਲੈ ਕੇ ਆਉਂਦਾ ਸੀਗਾ, ਇਹ ਵੀ ਐਂਡ ਚੀਜ਼ ਆ। ਪਿੰਨ ਤਾਂ ਨਹੀਂ ਇਹਦੇ ਅੰਦਰ, ਖਾਲੀ ਆ ਨਾ? ਹਾਂ, ਚੈੱਕ ਕਰੋ, ਇਹ ਹੈ ਜੀ ਪਿੰਨਾਂ ਵਾਲਾ ਜਗਾੜ। ਇਹ ਆਪਾਂ ਨੂੰ ਪ੍ਰੋਬਲਮ ਬਹੁਤ ਆਉਂਦੀ ਸੀ, ਆਪਾਂ ਘੱਟੋ ਘੱਟ ਮੈਂ ਕਹਿੰਦਾ 9-10 ਸਟੈਪਲਾਈਜ਼ਰ ਖਰਾਬ ਕਰਤੇ, ਹੈ ਨਾ ਸਟੈਪਲਰ। ਅਤੇ ਸਟੈਪਲਰ ਵੀ ਚੋਟੀ ਦੇ ਲਿਆਉਂਦੇ ਸੀ ਇੰਡੀਕੋ ਕੰਪਨੀ ਦੇ, ਉਹ ਇੰਡੀਕੋ ਹੈ ਕਿ ਇਨਕੋ ਕੰਪਨੀ ਹੈ, ਹਾਂ ਇਨਕੋ ਕੰਪਨੀ ਦੇ ਸਟੈਪਲਰ ਸੀਗਾ। ਤੁਸੀਂ ਜੇ ਸਟੈਪਲਰ ਪਤਾ ਕਰੋਗੇ ਨਾ, ਤਾਂ 1200 ਦਾ ਸਟੈਪਲਰ ਹੈ ਇਕੱਲਾ। ਅਤੇ ਫਿਰ ਆਇਰ ਕੀ ਆਹ ਜੂੜ ਵੱਢਿਆ, ਇਹ ਵਧੀਆ ਲੱਗੀ ਮੈਨੂੰ ਮਸ਼ੀਨ, ਇਹਦਾ ਆਪਾਂ ਨਾ ਸੈਟਲਮੈਂਟ ਕਰਾਂਗੇ। ਥੱਲੇ ਕੰਪਰੈਸ਼ਰ ਹੈਗਾ ਆਪਣੇ ਬੰਦੇ ਕੋਲ, ਆਪਾਂ ਇਹਦੀ ਪਾਇਪ ਪਾ ਕੇ ਇਹਦਾ ਅੱਡਾ ਉੱਥੇ ਕਰ ਦੇਣਾ, ਲੈਦਰ ਉਦਰ ਲਾਉਣ ਵਾਲਾ ਜਗਾੜ ਸਾਰਾ, ਠੀਕ ਹੈ। ਇਹਨੂੰ ਇੱਕ ਵਾਲ ਲਾਉਣਾ ਪੈਣਾ ਆ, ਕਿਉਂਕਿ ਵਾਰ ਵਾਰ ਨਹੀਂ ਤਾਂ ਸਾਨੂੰ ਥੱਲੇ ਜਾਣਾ ਪੈਂਦਾ ਬੰਦ ਕਰਾਉਣ, ਠੀਕ ਹੈ। ਬਾਕੀ ਤੁਸੀਂ ਚੈੱਕ ਕਰੋ, ਹੋ ਗਿਆ ਡਨ। ਇਹਦੇ ਸਪੀਕਰ ਮੈਂ ਸੋਨੀ ਦੇ ਕਰਾ ਦਿੱਤੇ, ਠੀਕ ਹੈ। ਸੋ ਕੰਮ ਡਨ ਹੋ ਗਿਆ, ਮੁੰਡੇ ਨੇ ਜੋ ਵੀ ਪਤਾਸੇ ਪਤੂਸੇ ਲੱਗਣ ਵਾਲੇ ਸੀ ਸਾਰਾ ਓਕੇ ਕਰਤਾ ਆ, ਠੀਕ ਹੈ। ਬਾ ਟੇਪ ਕਰਕੇ ਅਤੇ ਪਿਛਲਾ ਫਰੇਮ ਲਾਉਣਾ, ਬਾਕੀ ਬਾ ਹੋਲਡਰ ਆ ਕੇ ਡਨ ਹੋ ਗਿਆ ਸਾਰਾ ਟਰੈਕਟਰ। ਇਹਦੇ 'ਚ ਅਲਟਰਨੇਟਰ ਅਪਗ੍ਰੇਡ ਹੋਊਗਾ, ਕਿਉਂਕਿ ਜਿਹੜਾ ਦੂਜਾ ਟਰੈਕਟਰ ਸੀ ਨਾ 960 ਉਹ 'ਚ ਅਲਟਰਨੇਟਰ ਅਪਗ੍ਰੇਡ ਸੀਗਾ, ਅਤੇ ਉਹ ਵਧੀਆ ਪਰਫੋਰਮੈਂਸ ਕੱਢਦਾ ਸੀ। ਪਰਫੋਰਮੈਂਸ ਇਹਦੀ ਵੀ ਸੋਹਣੀ ਆ, ਪਰ ਜਿੱਦਾਂ ਹੀ 4-5-6 ਗਾਣੇ ਵੱਜ ਜਾਂਦੇ ਆ ਬੈਟਰੀ ਡਾਊਨ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਸਟਾਰਟ ਕਰਨਾ ਪੈਂਦਾ, ਫਿਰ ਰੇਸ ਦੇ ਕੇ ਰੱਖਣੀ ਪੈਂਦੀ, ਫਿਰ ਕੰਮ ਹੁੰਦਾ ਆ, ਅਤੇ ਉਹ ਪ੍ਰੋਸੈਸ ਥੋੜ੍ਹਾ ਜਿਹਾ ਇੱਦਾਂ। ਉਹ ਨਹੀਂ ਪੁੱਤ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਈ, ਆਹ ਮੁੰਡਾ ਮਿਲਣਾ, ਸਤਿ ਸ਼੍ਰੀ ਅਕਾਲ ਜੀ। ਹੋਰ ਅੱਛਾ, ਠੀਕ ਹੈ ਜੀ, ਜ਼ਰੂਰ। ਹਾਂ ਉਹ ਕਰ ਰਿਹਾ ਉਹਦਾ ਕੁਛ, ਉਹਨੂੰ ਨਵਾਂ ਸਿਸਟਮ, ਹਾਂ। ਸੋ ਥੋੜ੍ਹਾ ਸਮਾਂ ਕੱਲ੍ਹ ਤੋਂ ਸ਼ੁਰੂ ਕਰਨਾ ਆ, ਅੱਜ ਆਪਣੇ ਕੋਲ ਟਰੈਕਟਰ ਸੀ, ਹਾਂ ਬਣ ਰਿਹਾ ਇਹਦਾ ਵੀ, ਇਹ ਆਇਆ ਕਾਫੀ ਵੀਡੀਓ 'ਚ ਆਇਆ ਇਹ। ਹਾਂ ਲਓ ਜੀ, ਟਰੈਕਟਰ ਸਾਰਾ ਕੰਪਲੀਟ ਹੋ ਗਿਆ, ਅਤੇ
ਬਾਪਾ ਹੁਣ ਘਰੇ ਜਾਣ ਦੀ ਤਿਆਰੀ ਆ, ਬੰਦੇ ਬੰਦੇ ਅੱਜ ਆ ਜਾਣ ਬਸ, ਘਨੌਰ ਕੋਲ ਪਹੁੰਚ ਗਏ ਸੀਗੇ ਮਨੀ ਹੁਣੀ ਵੀ ਸਾਰੇ, ਅਤੇ ਲੈ ਵੀ ਫਾਈਨਲ ਆਊਟਕਮ ਆਈ ਆ। ਇਹ ਬਾਕੀ ਹੁਣ ਟਰੈਕਟਰ ਬਾਹਰ ਕੱਢ ਕੇ ਨਾ ਦਿਖਾਉਂਦੇ ਹਾਂ ਤੁਹਾਨੂੰ, ਇੱਥੇ ਤਾਂ ਨਹੀਂ ਹਲੇ, ਇਹਦੇ 'ਚ ਨਾ ਬੈਟਰੀ ਵੀ ਡਾਊਨ ਆ, ਹੈ ਨਾ, ਹਾਂ ਆ ਨਾ ਇਹਦਾ ਲਾ ਦੇ ਵੀਰ, ਹਾਂ ਬੈਟਰੀ, ਹਾਂ ਰੋਜ਼ਾ ਪੇਂ ਚਲਾ ਲੈਂਦੇ ਉਹਨੂੰ, ਫਿਰ ਕਰ ਦੀ, ਹਾਂ ਲਓ ਜੀ ਇਹ ਸਟਾਰਟ ਕਰਤਾ ਥੋੜ੍ਹਾ ਜਿਹਾ, ਇਹ ਹੋ ਜੂਗਾ ਚਾਰਜ ਹੋ ਜੂਗੀ, ਅਲਟਰਨੇਟਰ ਬਾਹਲਾ ਹੀ ਛੋਟਾ ਯਾਰ, ਇਹਦਾ ਚਾਰਜ ਵੀ ਬੜਾ ਔਖਾ ਹੁੰਦਾ ਇਹਦਾ। ਬਾਕੀ ਆ ਜਾਣ ਮੁੰਡੇ, ਉਹਨਾਂ ਨੂੰ ਦਿਖਾ ਕੇ ਕੋਕੇ ਲਾ ਕੇ ਡਨ ਕਰਕੇ ਇੱਧਰ ਲਾ ਕੇ ਵੀਡੀਓ ਬਣਾਉਂਦੇ ਹਾਂ ਬੱਲੇ ਬੱਲੇ। ਲਓ ਜੀ ਵੀਰੋ ਟਰਾਈ ਮੈਂ ਮਾਰ ਆਇਆ ਸੀ, ਮੈਂ ਕਲਿੱਪ ਪਾ ਦੂੰਗਾ ਵਲੋਗ 'ਚ, ਠੀਕ ਹੈ, ਕੰਮ ਡਨ ਹੋ ਗਿਆ ਪੂਰਾ, ਠੀਕ ਹੈ, ਅਤੇ ਬਾਕੀ ਆ ਨੜ ਜੇ ਟੈਟ ਕਰਨ ਲੱਗੇ ਹੋਏ ਆਪਾਂ, ਠੀਕ, ਇਹ ਬਹੁਤ ਚੂੰ ਚੂੰ ਦੀ ਆਵਾਜ਼ ਕਾਫੀ ਕਰਦੀ ਕਿਉਂਕਿ ਇਹਦਾ ਕੰਮ ਜ਼ਿਆਦਾ ਹੋਣਾ ਆ, ਮਿਸਤਰੀ ਸਾਡਾ ਵੀ ਹੁਣ ਆਇਆ ਥੋੜ੍ਹੇ ਟਾਈਮ ਪਹਿਲਾਂ, ਨਹੀਂ ਕਲੰਪ ਪਵਾ ਦਿੰਦੇ ਇਹ ਤੋਂ ਸਵੇਰ ਦਾ, ਇਹ ਵੀ ਫੜ ਲਓ ਦੇਸੀ, ਠੀਕ ਹੈ, ਦੇਖੋ ਇਹ ਦੇਸੀ ਇਹ ਨਟ ਮੈਂ ਹੁਣ ਆਉਂਦੇ ਆ ਮਨੀ ਹੁਣੀ ਰਾਹ 'ਚ ਹੀ ਆ, ਮੈਂ ਉਹਨਾਂ ਨੂੰ ਕਹੂੰਗਾ ਵੀ ਆਹ ਕੰਮ ਜਿਹੜਾ ਇੱਕ ਵਾਰੀ ਸੂਤ ਕਰਾਓ ਇਹਦਾ, ਵਧੀਆ ਕਲੰਪ ਕਲੁੰਪ ਪਵਾਓ ਇਹਨੂੰ, ਠੀਕ ਹੈ। ਪ੍ਰੋਬਲਮ ਇਹ ਆ ਨਾ, ਸੀਟ ਸੂਟ ਖੋਲ੍ਹ ਕੇ ਫੇਰ ਕੰਮ ਹੋਣਾ ਆ, ਆਪ ਕਲੰਪ ਪਵਾਊ ਵੀ ਬੰਦਾ ਕਿੱਥੇ ਯਾਰ, ਇਹ 'ਚ ਤਾਂ ਜਗਾੜ ਹੀ ਬਹੁਤ ਆ, ਆਪਣਾ ਚਾਦਰ ਹੀ ਆ ਵਾ ਸਿੱਧੀ, ਕਲੰਪ ਵੀ ਕਿੱਥੇ ਪਵਾਊਗਾ, ਜਾਂ ਤਾਂ ਫਿਰ ਇਹਦੇ ਨਾ ਪੱਤੀ ਵੈਲਡ ਹੋਊਗੀ ਇਹਦੇ 'ਤੇ, ਯੂ 'ਤੇ ਪੱਤੀ ਵੈਲਡ ਕਰਕੇ ਹੱਥੀ ਇਹ ਤਿੰਨੇ ਸੁਰਾਖਾਂ 'ਚ ਪੈ ਜੂਗੀ, ਇਹ ਥੋੜ੍ਹਾ ਜਿਹਾ ਕੰਮ ਹੈ ਤਾਂ ਲੈਂਥੀ ਆ, ਥੱਲਿਓਂ ਵੀ ਮੈਂ ਜੱਫਾ ਵੀ ਉਹਨੇ ਬੰਦੇ ਨੇ ਜਿੰਨੇ ਵੀ ਛਤਰੀ ਲਾਈ ਆ ਆ ਬਾਈ ਨੇ ਬਹੁਤ ਘੁਮਾ ਕੇ ਲਾਈ ਆ, ਇਹ ਅੰਦਰੋਂ ਮੜਗਾੜ ਤੇ ਵਿਚਰਾ ਪਾ ਕੇ ਅਤੇ ਵਧੀਆ ਤਰੀਕੇ ਨਾਲ ਲੱਗ ਜਾਣੀ ਸੀ ਪੱਤੀ ਲਾ ਕੇ, ਠੀਕ ਹੈ। ਚਲੋ ਐਨੀਵੇਜ਼ ਜੋ ਵੀ ਸੀਗਾ ਬਾਕੀ ਸਾਰਾ ਤੁਹਾਡੇ ਸਾਹਮਣੇ ਆ, ਠੀਕ ਹੈ, ਕਰੋ ਚੈੱਕ ਕਮੈਂਟਾਂ 'ਚ ਜ਼ਰੂਰ ਦੱਸਿਓ ਬਾਈ ਡਿਜ਼ਾਇਨਿੰਗ ਕਿੱਦਾਂ ਲੱਗੀ ਇਹਦੀ, ਇਹਦੀ ਵੀ ਅਤੇ ਦੂਜੇ 960 ਦੀ ਵੀ, ਠੀਕ ਹੈ, ਉਹਦਾ ਪਿਛਲੇ ਵਲੋਗ 'ਚ ਮੈਂ ਬੋਲਣਾ ਰਹਿ ਹੀ ਗਿਆ ਉਹਦੇ ਬਾਰੇ, ਤਾਂ ਚਲੋ ਹੁਣ ਜੋ ਵੀ ਆ, ਅਤੇ ਬਾਕੀ ਬਾਈ ਓਕੇ ਆ ਜਮਾਂ ਕੰਮ, ਠੀਕ। ਸੋ ਟਾਈਮ ਹੋ ਗਿਆ ਜੀ 12:30 ਦਾ, ਆਪਾਂ ਚੱਲੇ ਹਾਂ ਜੀ ਘਰ, ਕੇਰਾ ਮੁੰਡੇ ਤੋਰਤੇ ਸੀਗੇ, ਉਹਨਾਂ ਦੇ ਗੱਡੀ ਦਾ ਅਲਟਰਨੇਟਰ ਖਰਾਬ ਹੋ ਗਿਆ ਤਾਂ ਕਰਕੇ ਆਪਾਂ ਨੂੰ 2 ਘੰਟੇ ਵੇਟ ਕਰਨੀ ਪੈ ਗਈ, ਅਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਰੁਕ ਜਾਂਦੇ ਸਵੇਰੇ ਚੱਲ ਜਾਂਦਾ, ਪਰ ਉਹ ਕਹਿੰਦੇ ਵੀ ਨਹੀਂ ਜਾਣਾ ਜ਼ਰੂਰੀ ਆ, ਅਤੇ ਹੁਣ ਬਸ ਆਪਾਂ ਵੀ ਨਿਕਲਣ ਲੱਗੇ, ਦੁਕਾਨਾਂ ਲੱਗੀਆਂ ਵਧਾਉਣ, ਅਤੇ ਵਲੋਗ ਨੂੰ ਸਵੇਰੇ ਸ਼ੁਰੂ ਕਰਦੇ ਹਾਂ ਆਪਾਂ ਹੁਣ, ਠੀਕ ਹੈ, ਹੁਣ ਕਰਦੇ ਹਾਂ ਇੱਥੇ ਹੀ ਐਂਡ, ਅਤੇ ਸਵੇਰੇ ਮਿਲਦੇ ਹਾਂ ਆਪਾਂ ਸਾਰੇ। ਆਪਾਂ ਅੱਜ ਫੁੱਲੀ ਪਾਇਨੀਅਰ ਲਾ ਰਹੇ ਹਾਂ ਜੀ, ਇਹ 855 ਇਹਦੀ ਡਾਊਨ ਸਲਿੰਗ ਪਲੱਸ ਸਿਸਟਮ ਦਾ ਕੰਮ ਹੈ ਇਹਦਾ, ਠੀਕ ਹੈ, ਇਹਦੇ ਅੰਦਰ ਪਾਇਨੀਅਰ ਦਾ ਸੈੱਟ ਲੱਗਣਾ ਸਾਰਾ, ਅਤੇ ਫਿਲਹਾਲ ਸ਼ੁਰੂ ਕਰਤੀ ਹੈ ਫਿਟਿੰਗ ਇਹਦੀ। ਇਹ ਵੀਰਾਂ ਦੀ ਡਿਮਾਂਡ ਸੀ ਸਨਮੈਕੇ ਵਾਲੀ ਪੇਟੀ, ਅਤੇ ਬੈਕ ਸਾਈਡ ਡਿਜ਼ਾਇਨ ਨਹੀਂ ਕਰਨਾ ਇਹਦਾ, ਅਤੇ ਆਹ ਚੈੱਕ ਕਰੋ ਤੁਸੀਂ, ਇਹ ਹੈ ਜੀ ਚੈਂਪੀਅਨ ਸੀਰੀਜ਼ ਜਿਹੜੀ ਹੁਣ ਆ ਰਿਹਾ ਹੈ, ਠੀਕ ਹੈ, ਪਾਇਨੀਅਰ ਦਾ ਮਾਡਲ ਹੈ, ਨਹੀਂ ਚੈਂਪੀਅਨ ਨਹੀਂ ਹੈ ਇਹ, ਚੈਂਪੀਅਨ ਨਹੀਂ ਹੈ, ਹਾਂ ਸੱਚ ਉਹ ਨਿਕਲ ਗਿਆ ਚੈਂਪੀਅਨ, ਇਹਦਾ ਏ ਸੀਰੀਜ਼ ਵਾਲੇ, ਇਹ ਪਾਇਨੀਅਰ ਇਹਨਾਂ ਦੀ ਵੋਕਲ ਬਹੁਤ ਵਧੀਆ ਲੱਗੀ ਸੀ ਮੈਨੂੰ, ਪਿਛਲੀ ਮੰਗਵਾਏ ਸੀ ਇੱਕ ਟਰੈਕਟਰ ਚਲਾਏ ਫਿਰ ਮੰਗਵਾਈ ਵੀ 12-12 D4, ਠੀਕ ਹੈ, ਅਤੇ ਆਹ ਸਟੀਰੀਓ ਹੈ ਅਲਪਾਈਨ ਦਾ, ਇਹ ਵੀ ਬਹੁਤ ਸੋਹਣੀ ਆਊਟਪੁੱਟ ਦਿੰਦਾ ਆ, ਠੀਕ। ਬਾਕੀ ਆ ਇਹਦੀ ਡਾਊਨ ਸਲਿੰਗ, ਨਹੀਂ ਡਾਊਨ ਸਲਿੰਗ ਤਾਂ ਬਾਹਰ ਚਲੀ ਗਈ, ਇੱਕ ਤਾਂ ਯਾਰ ਗਲਾ ਜਿਹਾ ਦਰਦ ਹੋਣ ਲੱਗ ਗਿਆ ਕਿਉਂਕਿ ਮੌਸਮ ਚੇਂਜ ਹੋ ਰਿਹਾ ਨਾ, ਠੀਕ, ਅਤੇ ਆਪਣੇ ਟਰੈਕਟਰ ਦੀ ਵੀ ਬਹੁਤ ਜਲਦੀ ਅਪਡੇਟ ਆਉਣ ਵਾਲੀ ਹੈ, ਜਲਦੀ ਬਸ ਉਹਦਾ ਬਸ ਵਲੋਗ ਸ਼ੁਰੂ ਕਰਨ ਵਾਲੇ ਹੈ, ਮਤਲਬ ਬਣਾਈ ਜਾਂਦੇ ਹਾਂ ਹਲੇ, ਅਪਲੋਡ ਨਹੀਂ ਕੀਤੇ, ਉਹ ਤੁਹਾਨੂੰ ਆਉਣ ਵਾਲੇ ਟਾਈਮ 'ਚ ਦਿਖੂਗਾ, ਠੀਕ ਹੈ, ਅਤੇ ਬਾਕੀ ਤੁਸੀਂ ਦੇਖੋ ਚੈੱਕ ਕਰੋ। ਸੋ ਸ਼ਾਮ ਹੋ ਗਈ, ਮੈਂ ਕਿਤੇ ਕੰਮ ਚਲਾ ਗਿਆ ਸੀ, ਬਾਅਦ ਦੇਖਿਆ ਇੱਧਰ ਚੈੱਕ ਕਰੋ ਤੁਸੀਂ, ਚੰਗਿਆੜੇ ਪਾਈ ਜਾਂਦਾ ਉੱਪਰ, ਉੱਧਰੇ ਟਰੈਕਟਰ ਵੀ ਰੈਡੀ ਹੋ ਚੱਲਿਆ, ਬਸ ਥੋੜ੍ਹਾ ਜਿਹਾ ਟਾਈਮ ਲੱਗਣਾ ਹੈ ਨਾ, ਅਤੇ ਇਹਦੇ 'ਚ ਜਿੱਦਾਂ ਤੁਹਾਨੂੰ ਦੱਸਿਆ ਸੀ ਪਾਈਨੀਅਰ ਦਾ ਸੈੱਟ ਲੱਗ ਰਿਹਾ ਸਾਰਾ,
ਦੇਖੋ 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 ਬੱਲੇ 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 ਬਾਹਲੀ ਤੇਜ਼ੀ ਆ ਮੁੰਡੇ ਅੱਜ ਮੁੰਡਾ ਕਰਨ ਲੱਗਾ ਸੈਟਿੰਗ। ਲਓ ਆਪਣਾ ਬੰਦਾ ਆ ਗਿਆ, ਪਹਿਲਾਂ ਉਹਨੂੰ ਮਿਲ ਕੇ ਆਉਂਦੇ ਹਾਂ ਫਿਰ ਕਰਦੇ ਹਾਂ ਅੱਗੇ ਦੀ ਗੱਲਬਾਤ। ਇੱਦਾਂ ਹੀ ਹੈ ਵਲੋਗ ਤਾਂ ਨਹੀਂ ਕੰਪਲੀਟ ਹੁੰਦੇ, ਸਾਡੇ ਕੋਲ ਬੰਦੇ ਆਈ ਜਾਂਦੇ ਰਹਿੰਦੇ ਬਸ। ਸੋ ਫਿਲਹਾਲ ਕੰਮ ਚੱਲੀ ਜਾਂਦਾ ਆ, ਆਪਾਂ ਸ਼ੋਪ 'ਤੇ ਸੀਗੇ। ਇੱਕ ਬਾਈ ਦਾ ਨਾ ਮੈਨੂੰ ਹੁਣ ਮੈਂ ਕੈਮਰਾ ਘੁਮਾਇਆ, ਮੈਨੂੰ ਯਾਦ ਆਇਆ ਬਾਈ ਦਾ ਕਮੈਂਟ ਹੈ ਸੀਗਾ, ਬਾਈ ਕੈਮਰਾ ਇੰਨੀ ਛੇਤੀ ਨਾ ਘੁਮਾਇਆ ਕਰ, ਚੱਕਰ ਆਉਣ ਲੱਗ ਜਾਂਦੇ ਆ। ਵੀਰੇ ਕੀ ਕਰਾਂ, ਆਦਤ ਬਣ ਗਈ ਆਪਣੀ, ਠੀਕ ਹੈ। ਅਤੇ ਇਹ ਟਰੈਕਟਰ ਜਿਹੜਾ ਆ ਇਹ ਸਾਰਾ ਫਿੱਟ ਹੋ ਮਤਲਬ ਕੰਪਲੀਟ ਹੋ ਗਿਆ ਆ, ਸੈੱਟ ਸੂਟ ਦਾ ਜੋ ਵੀ ਕੰਮ ਸੀਗਾ, ਡਾਊਨ ਸਿਲਿੰਗ ਦੀ ਛੋਟੀ ਛੋਟੀ ਜੋ ਵਾਇਰਿੰਗ ਆ ਉਹ ਕਰ ਰਹੇ ਆ। ਕੁਛ ਵੀਰੇ ਦੀ ਚੋਇਸ ਸੀਗੀ ਬਾਈ ਆਪਾਂ ਜਿਹੜੇ ਸਵਿੱਚ ਆ ਉਹ ਸਾਰੇ ਉੱਥੇ ਹੀ ਰੱਖਣੇ ਆ, ਸਾਈਡ 'ਤੇ ਕਿਤੇ ਵੀ ਕੋਈ ਸਵਿੱਚ ਨਹੀਂ ਲਵਾਉਣਾ। ਸੋ ਇਸੇ ਪਲੇਸਮੈਂਟ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ ਆ, ਇੱਧਰ ਉੱਧਰ ਜਿਹੜੀ ਸੈਟਿੰਗ ਕਰਨ ਵਾਲੀ ਸਵਿੱਚਾਂ ਦੀ ਉਹ ਕਰਨ ਲੱਗੇ ਹੋਏ ਆ, ਠੀਕ ਹੈ, ਕਿਉਂਕਿ ਪਲੇਟ ਦੇ ਉੱਪਰ ਸਾਰੀ ਸੈਟਿੰਗ ਕਰਨੀ ਆ, ਸੋ ਟਾਈਮ ਤੋਂ ਲੱਗਣਾ ਹੀ ਲੱਗਣਾ ਆ। ਅਤੇ ਉਸ ਤੋਂ ਬਾਅਦ ਬਾਕੀ ਤੁਸੀਂ ਚੈੱਕ ਕਰੋ, ਠੀਕ ਹੈ। ਇਹ ਟਰਾਈਟਰ ਕਰਨ ਤੋਂ ਬਾਅਦ ਆਪਾਂ ਉਹ ਗੁਰਜੀਤ ਬਾਈ ਵਾਲਾ ਕਰਨਾ, ਉਹਨੂੰ 4 ਓਵਰ ਲੱਗਣੇ ਆ। ਪਹਿਲਾਂ ਆਹ ਸੈੱਟ ਲੱਗਿਆ ਹੋਇਆ ਸੀ 2 ਰੋਕਫੋਰਡ ਵਾਲਾ, ਠੀਕ ਹੈ, ਇਹ ਆਪਾਂ ਖੋਲ੍ਹ ਕੇ ਰੱਖ ਕੇ ਸਾਰਾ ਇਹ 'ਚ ਪਾਇਨੀਅਰ ਦਾ ਲਾਉਣਾ ਆ। ਸੋ ਇਹ ਪਹਿਲਾਂ ਵੀ ਬਾਈ ਕੋਲ ਇੱਦਾਂ ਦੇ ਹੀ ਓਵਰ ਲੱਗੇ ਹੋਏ ਸੀ ਵਿਦ ਬੂਫਰ, ਹੁਣ ਆਪਾਂ ਇਕੱਲੇ ਓਵਰ ਲੋਵਰ ਲਾਉਣੇ ਆ, ਕਿਉਂਕਿ ਇਹ ਰੀਪਰ 'ਤੇ ਵੀ ਚੱਲਣਾ ਆ, ਕੰਪਿਊਟਰ ਕਰੇ 'ਤੇ ਵੀ ਚੱਲਣਾ ਆ, ਤਾਂ ਫਿਰ ਤੁਹਾਨੂੰ ਪਤਾ ਪੇਟੀ 'ਚ ਪ੍ਰੋਬਲਮ ਤਾਂ ਆਉਣੀ ਹੈ ਇਸ ਕਰਕੇ। ਸੋ ਫਿਲਹਾਲ ਇਹੀ ਕੁਛ ਕੰਮ ਹੈ ਹੁਣ ਦਾ, ਇਹ ਤਾਂ ਬਾਕੀ ਤੁਹਾਨੂੰ ਅੱਗੇ ਅੱਗੇ ਦਿਖਾਵਾਂਗੇ। ਅਤੇ ਆਪਣੇ ਕੋਲ ਬੇਕਨ ਲਾਈਟਸ ਆਈਆਂ ਸੀਗੀਆਂ, ਇਹ ਵੇਗੀਆਂ, ਠੀਕ ਹੈ, ਸਾਰੀਆਂ ਹੀ ਵੇਗੀਆਂ, ਇੱਕ ਵੀ ਨਹੀਂ ਬਚੀ। ਇਹ ਸਾਰੇ 3 ਮਾਡਲ ਸੀਗੇ ਇਹ 'ਚ, 3 ਜਿਹੜੇ ਆਪਣੇ ਵੇਗੇ, ਅਤੇ ਇੱਕ ਆਇਆ ਜੀ ਆਪਣੇ ਕੋਲ 50-75 ਕਰਛੇਤਰ ਤੋਂ, ਅਤੇ ਵੀਰ ਦਾ, ਅਤੇ ਆਹ ਆਪਣੇ ਵਾਲਾ ਐਲਟੀ। ਇਹਦੀ ਵਾਇਰਿੰਗ ਦਾ ਬਹੁਤ ਜ਼ਿਆਦਾ ਇਸ਼ੂ ਆ, ਇਹ ਕਾਫੀ ਜ਼ਿਆਦਾ ਡਾਇਰੈਕਟ ਕੀਤੀ ਹੋਈ ਹੈ, ਸੋ ਇਹਦਾ ਕੰਮ ਤਾਂ ਹੁਣ ਪਾਰਟ 'ਚ ਹੋਊਗਾ, ਠੀਕ, ਇੱਕੋ ਦਮ, ਕਿਉਂਕਿ ਤੁਹਾਨੂੰ ਪਤਾ ਵੀ ਇਹ ਟਾਈਮ ਖਾਊਗੀ ਜ਼ਿਆਦਾ, ਵਾਇਰਿੰਗ ਸਾਰੀ ਖੋਲ੍ਹਣੀ ਪੈਣੀ ਆ। 1x55 ਉਹ ਤਾਂ ਆਪਣਾ ਅੱਜ ਦੀ ਅੱਜ ਹੀ ਭੇਜ ਦੇਣਾ ਆ, ਠੀਕ, ਉਹਦੇ 'ਚ ਇੰਨਾ ਟਾਈਮ ਨਹੀਂ ਲਾਉਣਾ, ਠੀਕ। ਉਹਦੇ 'ਚ ਤਾਂ ਪੇਟੀ ਉਹਦੀ ਰੈਡੀ ਆ, ਸਿਰਫ ਉਹ ਸਮਾਨ ਖੋਲ੍ਹਣਾ, ਉਹਦੇ 'ਚ ਰੱਖਣਾ ਅਤੇ ਉਹਨੂੰ ਭੇਜ ਦੇਣਾ, ਠੀਕ। ਇਹ ਐਲਟੀ ਕੱਢ ਕੇ ਸਾਈਡ 'ਤੇ ਲਾਉਂਦੇ ਹਾਂ, ਉਹ ਕਰਕੇ ਫਿਰ ਇਹਦੀ ਪੇਟੀ ਦਾ ਨਾਪ ਦਵਾ ਕੇ ਇਹਦੀ ਪੇਟੀ ਸੈਟਿੰਗ ਕਰਾਉਂਦੇ ਹਾਂ। ਲਓ ਜੀ ਬਸ ਕੰਮ ਹੋ ਗਿਆ ਸ਼ੁਰੂ। ਸੋ ਅੱਜ ਬੰਦੇ ਚੈੱਕ ਕਰੋ, ਅੱਜ ਆਏ ਨੇ ਰਾਈਟਰ ਲੈਣ ਬਈ। ਵੈਸੇ ਤਾਂ ਮੈਂ ਇਹਨਾਂ ਨੂੰ ਬੁਲਾਇਆ ਸੀ ਕਾਫੀ ਦਿਨ ਪਹਿਲਾਂ, ਫਿਰ ਇਹ ਉਹ ਤੋਂ ਹਫ਼ਤਾ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਆ ਰਹੇ ਹਾਂ, ਫਿਰ 3 ਦਿਨ ਹੁਣ ਮੈਂ ਰੋਕ ਲਿਆ ਇਹਨਾਂ ਨੂੰ, 4 ਦਿਨ ਹੁਣ ਭੇਜ ਰਹੇ ਹਾਂ ਜੀ। ਟਰੈਕਟਰ ਡਨ ਹੋ ਗਿਆ ਪੂਰਾ, ਠੀਕ ਹੈ, ਇਹ 'ਚ ਛੋਟਾ ਜਿਹਾ ਬਸ ਬੈਟਰੀ ਦਾ ਇਸ਼ੂ ਆ, ਬੈਟਰੀ ਦਾ ਇਸ਼ੂ ਸੋਲਵ ਕਰਨਾ ਆ, ਫਿਰ ਇਹ ਡਨ ਆ, ਠੀਕ ਹੈ। ਸੋ ਹੁਣ ਓਕੇ ਆ, ਹੁਣ ਇਹ 'ਚ ਇੰਜੀਨੀਅਰਿੰਗ ਨਾ ਕਰੀ, ਠੀਕ ਹੈ, ਬਾਕੀ ਦਾ ਚੱਲ ਠੀਕ ਹੀ ਆ ਸਾਰਾ, ਤੇਰਾ ਇੰਜੀਨੀਅਰ ਬਣਾ ਦੀ ਉਹ ਲੋਟਮ ਦਾ, ਹਾਂ ਸਭ ਠੀਕ ਹੈ ਬਾਈ। ਲਓ ਜੀ ਫਿਰ ਮਿਲਦੇ ਹਾਂ, ਚਲੋ ਛੇਤੀ, ਚੰਗਾ ਬਾਈ, ਚੰਗਾ ਇੰਜੀਨੀਅਰ, ਇਹਦਾ ਨਾਮ ਇੰਜੀਨੀਅਰ ਪਾ ਦਿੰਦੇ ਹੁਣ, ਮੋਟਾ ਨਹੀਂ ਕਹਿਣਾ ਇਹਨੂੰ। ਲਓ ਜੀ ਅੱਜ ਕਮਲ ਹੁਣੇ ਟਰੈਕਟਰ ਵੀ ਲੈ ਗਏ, ਉਹ ਤੁਸੀਂ ਕਲਿੱਪ ਦੇਖ ਲਿਆ ਹੋਣਾ ਆ, ਠੀਕ ਹੈ। ਅਤੇ ਗੱਲ ਹੈਗੀ ਸੀ ਇੱਦਾਂ ਕਿ ਜਿੱਦਣ ਦਾ ਪਰਬਤ ਵਾਲਾ ਟਰੈਕਟਰ ਦਿੱਤਾ ਆ, ਆਪਾਂ ਉਲਝ ਪੁਲਝ ਬਹੁਤ ਹੋ ਗਏ ਸੀਗੇ, ਵਲੌਗ ਬਣਾਉਣ ਦਾ ਟਾਈਮ ਲੱਗਿਆ, ਕੁਛ ਵਿੱਚ ਥੋੜ੍ਹੇ ਥੋੜ੍ਹੇ ਕਲਿੱਪ ਬਣਾ ਲਈਦੇ ਸੀਗੇ, ਅਤੇ ਉਸ ਇਹਨੂੰ ਕਰਕੇ ਆਪਾਂ ਸਾਰਾ ਜਿਹੜਾ ਵਲੌਗ ਆ ਉਹ ਅੱਗੇ ਬਣਾਵਾਂਗੇ, ਠੀਕ ਹੈ, ਅਤੇ ਉਹ ਤੁਸੀਂ ਦੇਖੋਗੇ। ਫਿਲਹਾਲ ਆਪਣੇ ਕੋਲ ਐਲ ਟੀ ਸੀਗਾ, ਇਹਦੀ ਵਾਇਰਿੰਗ ਸਾਰੀ ਹੋ ਗਈ ਆ, ਕਮਲ ਹੁਣਾਂ ਵਾਲਾ ਚਲਿਆ ਗਿਆ, ਇਹਦੀ ਵੀ ਵਾਇਰਿੰਗ ਬਸ ਹੋ ਗਈ ਕੰਪਲੀਟ, ਠੀਕ। ਇੱਕ ਐਂਪ ਲਾਉਣਾ, ਐਂਪ ਲਾ ਕੇ ਇਹ ਵੀ ਡਨ ਹੋ ਗਿਆ ਟਰੈਕਟਰ, ਠੀਕ ਹੈ, ਮਤਲਬ ਹੁਣ ਤਾਂ ਡਨ, ਅਜੇ ਮਾਲਕ ਲੈ ਕੇ ਠੀਕ ਹੈ ਨਹੀਂ ਸਵੇਰੇ ਦੇ ਦਾਂਗੇ। ਅਤੇ ਉਹ 50-75 ਹੈ, ਉਹਦੀ ਪੇਟੀ ਦਾ ਮਾਲ ਕੱਟਿਆ ਹੋਇਆ ਸੀਗਾ, ਬਸ ਅਸੈਂਬਲ ਕਰਨ ਲੱਗੇ ਆ ਮੁੰਡੇ, ਠੀਕ ਹੈ, ਉਹ ਲੱਗੇ ਹੋਏ ਆ, ਜੋ ਵੀ ਉਹਦੇ ਅੰਦਰ ਦੇ ਪੋਰਟ ਪਾਰਟ ਕੱਟਣੇ ਉਹ ਕਰ ਰਹੇ ਆ, ਇੱਕ ਪੇਟੀ ਇਹਨਾਂ ਨੇ ਇਹ ਫਾਈਨਲ ਕਰਤੀ ਹੈ, ਕਟਿੰਗ ਕਰਕੇ ਇਹ ਡਿਲੀਵਰ ਹੋ ਜਾਣੀ ਹੈ। ਅਤੇ 5-6 ਪੇਟੀਆਂ ਆਉਣ ਦਾ ਲਾਈਨ ਆ, ਉਹ ਸਾਰੀਆਂ ਬਣਾਉਣੀਆਂ ਇਹਨਾਂ ਨੇ, ਠੀਕ ਹੈ, ਆਪਣੇ ਵੱਲੋਂ ਕੰਮ ਜਿਹੜਾ ਸੀਗਾ ਉਹ ਅੱਜ ਦਾ ਡਨ ਹੋ ਗਿਆ, ਠੀਕ। ਹੌਲੀ ਹੌਲੀ ਕਰਕੇ ਜੋ ਵੀ ਇਹ ਵਲੌਗ ਦੇ, ਜੇ ਤਾਂ ਅੱਜ ਦੀ ਡੇਟ 'ਚ ਹੀ ਪੂਰਾ ਹੋ ਗਿਆ, 8-10 ਮਿੰਟ ਦਾ ਹੋ ਗਿਆ, ਤਾਂ ਮੈਂ ਕੰਪਲੀਟ ਕਰ ਦੂੰਗਾ, ਨਹੀਂ ਫਿਰ ਕੱਲ੍ਹ ਇਹਨੂੰ ਦੁਬਾਰਾ ਤੋਂ ਸਟਾਰਟ ਕਰਾਂਗੇ, ਠੀਕ। ਅਤੇ ਬਾਕੀ ਤੁਸੀਂ ਚੈੱਕ ਕਰੋ, ਖਲਾਰਾ ਕਾਫੀ ਪਿਆ ਹੋਇਆ ਆ, ਚੱਲੀ ਜਾਂਦਾ ਕੰਮ, ਕਦੀ ਇੱਧਰੋਂ ਦੀ ਕਦੀ ਉੱਧਰੋਂ ਦੀ, ਬਸ ਆਹੀ ਕੰਮ 'ਚ ਹੈਗਾ। ਇੱਕ ਵੀਰੋ ਮੈਂ ਤੁਹਾਨੂੰ ਦੱਸ ਦਿੰਦਾ, ਇਸ ਟਾਈਮ ਸੀਜ਼ਨ ਕਰਕੇ ਉਲਝ ਪੁਲਝ ਬਹੁਤ ਹੋਈ ਹੋਈ ਆ, ਜੇ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਵੀਰੋ, ਤੁਸੀਂ ਵਟਸਐਪ 'ਤੇ ਟੈਕਸਟ ਮੈਸੇਜ ਛੱਡ, ਵਟਸਐਪ ਮੈਸੇਜ ਛੱਡ ਦਿਓ ਜਾਂ ਟੈਕਸਟ ਮੈਸੇਜ ਛੱਡ ਦਿਓ,
ਇਸ ਟਾਈਮ ਤੁਸੀਂ ਨੋਟਿਸ ਕਰ ਰਹੇ ਹੋਣੇ ਵੀ ਥਕਾਨ ਕਰਕੇ ਇੰਨੀ ਕੁ ਹਾਲਾਤ ਖਰਾਬ ਹੋਏ ਹੋਏ ਆ, ਬੋਲਿਆ ਵੀ ਨਹੀਂ ਸਹੀ ਤਰੀਕੇ ਨਾਲ ਜਾ ਰਿਹਾ, ਵਰਡਿੰਗ ਵੀ ਅੜ ਅੜ ਕੇ ਨਿਕਲਦੀ ਆ ਉਹ ਇਸ ਕਰਕੇ। ਸੋ ਇਸ ਚੀਜ਼ ਦਾ ਮੇਰਾ ਵੀਰ ਗਿਲਾ ਨਾ ਕਰਿਓ ਜੇ ਕਿਸੇ ਦਾ ਫੋਨ ਨਹੀਂ ਚੱਕਿਆ ਗਿਆ, ਅਤੇ ਕਿਉਂਕਿ ਮੈਂ ਫੋਨ ਦੇਖ ਰਿਹਾ ਸੀਗਾ, ਹੁਣ ਚਾਰਜਿੰਗ 'ਤੇ ਲਾਇਆ ਹੋਇਆ ਇਹ ਵਾਲਾ ਦੁਕਾਨ ਵਾਲਾ ਫੋਨ, ਠੀਕ। ਜ਼ਿਆਦਾਤਰ ਪੰਗਾ ਇਹੀ ਹੁੰਦਾ ਆ ਕਿ ਫੋਨ ਚੱਕਿਆ ਨਹੀਂ ਜਾਂਦਾ, ਦੇਖੋ ਹੁਣ ਵੀ ਮਿਸ ਕਾਲ ਆਏ ਹੋਏ ਆ, ਠੀਕ। ਅਤੇ ਉਹ ਮੈਂ ਹੁਣ ਉੱਪਰ ਆ ਕੇ ਦੇਖਿਆ, ਅਤੇ ਚਲੋ ਬਾਈਆਂ ਨੂੰ ਤਾਂ ਹੁਣ ਮੈਂ ਥੋੜ੍ਹੀ ਦੇਰ 'ਚ ਕਾਲ ਕਰ ਲੂੰਗਾ, ਬਾਕੀ ਟੈਕਸਟ ਮੈਸੇਜ ਜ਼ਰੂਰ ਛੱਡ ਦਿਆ ਕਰੋ ਜਾਂ ਵਟਸਐਪ 'ਤੇ, ਕਿਉਂਕਿ ਫਿਰ ਬਾਅਦ 'ਚ ਦੇਖ ਲੈਂਦਾ ਹੁੰਦਾ ਬੰਦਾ, ਠੀਕ ਨਾ। ਅਤੇ ਬਾਕੀ ਕੰਮ ਡਨ ਹੋ ਗਿਆ ਇਹਦਾ, ਅਤੇ ਬਾਅਦ ਇਹ ਜਦੋਂ ਹੁਣ ਕੰਪਲੀਟ ਕਰਕੇ ਵਜਾ ਲਾਂਗੇ ਫਿਰ ਦੇਖਦੇ ਹਾਂ। ਮੇਨ ਜਿਹੜਾ ਬਰੀਕੀ ਵਾਇਰਿੰਗ ਦਾ ਕੰਮ ਸੀਗਾ ਉਹ ਹੋ ਗਿਆ ਆ, ਬਾਕੀ ਬਈ ਕੁਛ ਵੀਰੇ ਗਿਲਾ ਕਰਦੇ ਆ ਵੀ ਹਾਂ ਸਾਡਾ ਆਹ ਕੰਮ ਨਹੀਂ ਆਹ ਕੰਮ ਨਹੀਂ ਵੀ ਆ ਇਹ ਕਿਵੇਂ ਖਰਾਬ ਹੋ ਗਈ ਚੀਜ਼, ਆਹ ਤੁਸੀਂ ਛਤਰੀ ਟੁੱਟੀ ਪਈ ਆ, ਇਹ 'ਚ ਪਾਣੀ ਲੱਗਿਆ ਹੋਇਆ ਸਾਰੇ ਬੋਰਡ ਨੂੰ, ਠੀਕ ਹੈ। ਬੋਰਡ ਵਿਚਾਰਾ ਥੱਲੇ ਨੂੰ ਹੀ ਹੈ, ਹਾਂ। ਇਹ ਪਤਾ ਕਦੋਂ ਹੁੰਦਾ ਵੀਰੇ, ਜਦੋਂ ਤੁਸੀਂ ਸਫਾਈ ਨਹੀਂ ਮੇਨਟੇਨ ਰੱਖਦੇ ਬਾਈ, ਬਲੋਰ ਵੱਜਣਾ ਚਾਹੀਦਾ ਟਰੈਕਟਰ ਨਾਲ ਕੰਮ ਕਰਕੇ, ਠੀਕ ਹੈ। ਫਿਰ ਗਲਤੀ ਤੁਸੀਂ ਸੇਲਰ ਦੀ ਕੱਢ ਦਿੰਦੇ ਆ ਵੀ ਇੱਦਾਂ ਨਹੀਂ ਕਰਕੇ ਦਿੱਤਾ ਉੱਦਾਂ ਨਹੀਂ, ਇਹਦਾ ਫਿਰ ਅਸੀਂ ਕੁਛ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਇਹਦੀ ਕੇਅਰ ਨਹੀਂ ਕਰੋਗੇ, ਠੀਕ ਹੈ ਨਾ। ਸੋ ਫਿਲਹਾਲ ਮੁੰਡੇ ਇਹਨੂੰ ਕੰਪਲੀਟ ਕਰਦੇ ਆ, ਆਪਾਂ ਥੱਲੇ ਚੱਲਦੇ ਹਾਂ ਉਹਦਾ ਦੇਖਦੇ ਹਾਂ ਕੀ ਕੁਛ ਬਣਦਾ ਆ।